ਬਠਿੰਡਾ ਪੁਲਿਸ ਵੱਲੋਂ ਮਾਰਿਆ ਗਿਆ ਗੈਂਗਸਟਰ ਸ਼ਾਰਪ ਸ਼ੂਟਰ ਦਵਿੰਦਰ ਬੰਬੀਹਾ ਦਾ ਇੱਕ ਹੋਰ ਸਾਥੀ ਧਾਰਾ ਦੁਸਾਂਝ ਵੀ ਪੁਲਿਸ ਇਨਕਾਊਂਟਰ ਵਿੱਚ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ। ਇਸ ਮੌਕੇ ਬੋਲਦੇ ਹੋਏ IG ਨੇ ਦੱਸਿਆ ਕਿ ਇਹ ਗੈਂਗਸਟਰ ਮੋਸਟ ਵਾਂਟਡ ਸੀ ਤੇ 2 ਸਾਲ ਪਹਿਲਾਂ ਮੋਗਾ ਪੁਲਿਸ ਦੀ ਕਸਟਡੀ ਵਿੱਚੋਂ ਫਰਾਰ ਹੋਇਆ ਸੀ। ਬਠਿੰਡਾ ਤੋਂ ਜਸਵਿੰਦਰ ਸਿੰਘ ਅਰੋੜਾ ਦੇ ਨਾਲ ਅਨਿਲ ਵਰਮਾ ਦੀ ਰਿਪੋਰਟ, ਪਹਿਰੇਦਾਰ TV।